पपी उरिया। हाँ उरिया की हो गया 7 लाख तो मार थी ना साहब जा करके होना पैसे पूसे लेके आवेगा पापी 7-8 लाख रुपए पहने ही देना ओ फिर किड्डी को गल है बथेरी फसल होंदी है सुख नाल अपनी नाल मेनू भी चाहिए 7-8 हज़ार रुपया 7-8 हज़ार रुपया पापी हैरान तो हो गया जिवे कोई बाली वड्डी रकम मांग ली होवे मैं पापी तेनू कल पासो दित्ते दा हैगा 3-4 हज़ार रुपया ओ 3 हज़ार मैं टेलर नु दे के आई सी कपड़िया दी सिलाई दा एक मेरा साल दर्ज नहीं लोट आउंदा थोड़े तो ओए मैं ना 2 सूट सर्दी वाले लेके आने होर चल पापी एवे करी हां ਉਸੇ ਨੀਚੇ ਪਿਆ 4 ਹਜ਼ਾਰ ਰੁਪਇਆ ਚੱਕ ਲਿਓ ਲੈ ਨਾਲੇ 4 ਹਜ਼ਾਰ ਨਾਲ ਨਹੀਂ ਸਰਨਾ ਮੇਰਾ ਮੈਨੂੰ 4 ਕੁ ਹੋਰ ਦੇ ਦੀ ਚੰਗਾ ਠੀਕ ਆ ਤੇ ਗੱਡੀ ਮੇਰੇ ਦੋਸਤ ਲੈਣ ਆਊਗਾ ਉਹਨੂੰ ਦੇ ਦਿਓ ਠੀਕ ਆ ਚਾਬੀ ਆ ਚੱਕੋ ਲੈ ਆ ਲਓ ਚਾਬੀ ਮੇਰੀ ਗੱਲ ਸੁਣ ਉਹ ਨਾ ਗੱਡੀਆਂ ਮੰਗਵੀਆਂ ਦਿਆ ਕਰ ਖੜ ਜਾ ਦੇ ਦੀ ਚਾਬੀ ਦੋਸਤ ਨੂੰ ਵੇ ਬਗਾਨੇ ਨਾ ਫਿੜਕਾ ਬਣਾ ਕੇ ਖੜਾ ਦਿੰਦੇ ਹੁੰਦੇ ਨੇ ਗੱਡੀਆਂ ਨੂੰ ਦੇ ਦੇ ਚਾਬੀਆਂ ਜਿਹਨੂੰ ਜੀ ਕਰਦਾ ਉਸ ਨੂੰ ਫੜਾ ਦਿੰਦੇ ਗੱਡੀਆਂ ਹਾਂਜੀ ਕਿਵੇਂ ਹੋ ਬਸ ਠੀਕ ਆ ਅੱਛਾ ਮੇਰੀ ਗੱਲ ਸੁਣੋ ਉਹ ਤਾਂ ਗਿਆ ਹੈ ਬਾਣੀਏ ਕੋਲ ਆੜਤੀਏ ਕੋਲ ਹਾਂ ਅਤੇ ਤੁਸੀਂ ਘਰ ਆਓ ਸੂਟ ਦਾ ਮੇਚਾ ਲੈ ਜਾਓ ਆ ਕੇ ਲੈ ਬਈ ਦਰਜੀ ਦਾ ਗਿਆ ਮੇਚਾ ਲੈਣ ਏਰੀਆ ਦੇ ਸਾਲੇ ਨਜ਼ਾਰੇ ਨੇ ਗੱਲਾਂ ਵਿੱਚ ਚਲੇ ਕੇ ਸਮਝਦਾ ਹੋਣਾ ਬਈ ਕਹੇ ਜੀਆਂ ਗੱਲਾਂ ਕਰਦਾ ਯਾਰ ਜੱਗੀ ਦਾ ਬੋਲਾ ਕਦੇ ਕਾਲਜ ਵਗ ਗਿਆ ਕਦੇ ਸਹੇਲੀ ਨੂੰ ਮਿਲਿਆ ਆ ਕਦੇ ਕਿਧਰੇ ਵਗ ਗਿਆ ਬਾਅਦ ਚੋਂ ਗੱਲੀ ਹੁੰਦੀ ਆ ਘਰੇ ਦਰਜ ਜਾਂਦਾ ਬਾਅਦ ਚੋਂ ਫਿਰ ਤੈਨੂੰ ਪਤਾ ਹੀ ਆ ਕੱਲਾ ਮੇਚਾ ਲੈ ਕੇ ਕਿੱਥੇ ਸਰਦਾ ਬਾਈ ਯਾਰ ਜੱਗੀ ਦਾ ਭਾਈ ਦਾ ਵਗ ਜਾਂਦਾ ਮਸ਼ੀਨ ਤੇ ਪਿੱਛੋਂ ਦਾ ਪੂਰੀ ਬਾਈ ਫਿਰ ਉਹਨਾਂ ਦੀ ਲਵ ਸਟੋਰੀ ਚੱਲਦੀ ਆ ਬਾਬੇ ਸੱਚੀ ਲਵ ਸਟੋਰੀ ਚੱਲਦੀ ਹੋਰ ਬਾਈ ਯਾਰ ਮੈਂ ਤਾਂ ਸੁਣਿਆ ਸੀ ਬਾਬੇ ਹੁਣ ਗੱਲਬਾਤ ਯਾਰ ਉਹਨਾਂ ਦੀ ਓਏ ਉਹ ਠਰਕੀ ਦਰਜੀ ਆ ਸਮਾਰ ਕੇ ਮਿਣ ਮਿਣ ਕੇ ਲੈਂਦਾ ਮੇਚਾ ਅੱਛਾ ਠਰਕੀ ਆ ਪੂਰਾ ਉਹ ਚੱਲ ਓਏ ਤੇਰੇ ਵਾਲੀ ਪਕਾਚੀ ਨੂੰ ਮਿਲ ਕੇ ਆਨੇ ਆ ਹਾਂ ਹਾਂ ਬਹੁਤ ਦਿਨ ਹੋ ਗਏ ਹੁਣ ਤਾਂ ਬਾਈ ਸਹੀ ਗੱਲ ਆ ਉਹਨੂੰ ਕਹਿ ਦੀ ਨਾਲ ਮੇਰੀ ਰੀਸੈਟਿੰਗ ਕਰਾ ਦੇ ਕਿਸੇ ਨਾਲ ਉਹ ਕੋਈ ਨਾ ਬਾਈ ਕਿਹਾ ਮੈਂ ਜੱਗੀ ਤਾਂ ਗਿਆ ਹੁਣ ਆਪਾਂ ਲੈ ਕੇ ਜਾ ਮੇਚਾ ਜਾਣ ਦਾ ਮੁੰਡਾ ਲਾ ਦਈਏ ਕੋਈ ਆ ਵੀ ਨਾ ਜਾਵੇ ਕੱਲੀ ਨਹੀਂ ਮਰ ਜਾਣ ਆਈ ਗਏ ਤੁਸੀਂ ਹੈ ਹਾਂਜੀ ਤੁਸੀਂ ਬੁਲਾਉਂਦੇ ਅਸੀਂ ਨਾ ਆਈਏ ਹੋਰ ਠੀਕ ਹੋ ਹਾਂ ਠੀਕ ਹੈ ਬੈ ਜਾ ਮੈਂ ਚਾਹ ਬਣਾਵਾਂ ਪਹਿਲਾਂ ਉਹ ਨਹੀਂ ਪਹਿਲਾਂ ਮੈਂ ਚਲੇ ਲਈ ਉਹ ਕਿ ਤੱਕ ਆਦਾ ਜੀ ਵਧੀਆ ਸੀ ਉਹ ਐਦ ਕੀ ਪਿਛਲੀ ਵਾਰੀ ਥੋੜਾ ਜਿਹਾ ਸੈੱਟ ਨਹੀਂ ਸੀ ਹੈਗਾ ਸੂਟ ਉਹ ਸਾਡਾ ਸੂਟ ਸੰਤ ਪੂਰਾ ਫਿੱਟ ਆਉਂਦਾ ਹਾਂ ਫਿੱਟ ਆਉਂਦਾ ਬਸ ਕਰੋ ਹੁਣ ਉਹ ਮੇਚਾ ਤਾਂ ਐ ਲੈਨੇ ਹੋ ਮੇਰਾ ਜਿਵੇਂ ਤੈਨੂੰ ਪਤਾ ਹੀ ਨਹੀਂ ਇੰਨਾ ਟਾਈਮ ਹੋ ਗਿਆ ਸੂਟ ਸਿਉਂਦਿਆਂ ਛੱਡ ਦੋ ਬਸ ਕਰਨੀ ਆ ਬੈਠ ਜਾ ਠੀਕ ਹੋ ਮੈਂ ਤਾਂ ਠੀਕ ਆ ਮੇਰੀ ਗੱਲ ਸੁਣੋ ਗਲਾ ਡੀਪ ਰੱਖਿਓ ਤੇ ਫਿਟਿੰਗ ਸਹੀ ਰੱਖਿਓ ਉਹ ਪਿਛਲਾ ਸੂਟ ਨਾ ਥੋੜਾ ਜਿਹਾ ਸਹੀ ਨਹੀਂ ਸੀ ਉਹ ਫਿਕਰ ਕਿਉਂ ਕਰਦੇ ਹੋ ਸੂਟ ਵਧੀਆ ਸਿਉ ਕੇ ਦੇਵਾਂਗੇ ਲੋਕ ਖੜਖੜ ਦੇਖਦੇ ਨੇ ਤੇ ਸਾਡਾ ਗੁੱਸਾ ਤਾਂ ਮੈਨੂੰ ਵੀ ਲੱਗਦਾ ਜਦੋਂ ਖੜਖੜ ਦੇਖਦੇ ਨੇ ਨਹੀਂ ਤੇ ਲੋਕ ਮੇਰੇ ਵੱਲੋਂ ਨਹੀਂ ਵੇਖਣਗੇ ਹੋਰ ਤੁਹਾਡੇ ਵੱਲੋਂ ਵੇਖਣਗੇ ਜਦੋਂ ਬਣੀ ਫੱਬੀ ਲੰਘਦੀ ਹੁੰਦੀ ਹੈ ਨਾ ਕੋਈ ਵੀ ਤਾਂ ਲੋਕ ਤਾਂ ਵੇਖਦੇ ਹੀ ਹੁੰਦੇ ਨੇ ਇੰਨੀ ਜਲਸੀ ਨਹੀਂ ਕਰੀਦੀ ਹੁੰਦੀ ਮੈਂ ਤੁਹਾਨੂੰ ਦੱਸਾਂ ਇਹ ਗੁੱਸਾ ਲੱਗਦਾ ਬਾਕੀ ਤਾਂ ਦੁਨੀਆ ਕਿਹਨੇ ਦੇਖੀ ਜਾਂਦੀ ਜਦੋਂ ਸੋਡੇ ਕਿਹਨੇ ਦੇਖਦੇ ਆ ਨਾ ਫੇਰ ਅੱਗ ਲੱਗਦੀ ਹੈ ਹਾਂ 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 ਗੁੱਸਾ ਕਰ ਕਰਕੇ ਅੱਗ ਲਾ ਲਾ ਕੇ ਰੰਗ ਵੀ ਗਲਾ ਕਰ ਲਿਆ ਉਹ ਕੀ ਕਰੀਏ ਤੂੰ ਤਾਂ ਚਿੱਟੀ ਹੋਈ ਜਾਂਦੀ ਹੈ ਮੈਂ ਤਾਂ ਰੱਬ ਨੇ ਬਣਾ ਕੇ ਚਿੱਟੀ ਭੇਜਿਆ ਉਹ ਤਾਂ ਹੀ ਤਾਂ ਮੈਂ ਦੇਖਣ ਨਹੀਂ ਦਿੰਦਾ ਕਿਸੇ ਨੂੰ ਚਲੋ ਫਿਰ ਮੇਰੀ ਗੱਲ ਸੁਣੋ ਹਾਂਜੀ ਹੁਣ ਜੱਗੀ ਵੀ ਨਾ ਆਜੇ ਉਹ ਜੱਗੀ ਨੂੰ ਕੀ ਹੁੰਦਾ ਹੈ ਉਹ ਨਾ ਥੋੜਾ ਜਿਹਾ ਸ਼ੱਕ ਕਰਨ ਲੱਗ ਗਿਆ ਮੇਰੇ ਤੇ ਇਕਦਮ ਮੈਂ ਖਰਚਾ ਵੱਧ ਕਰਦੀ ਆ ਤਾਂ ਕਰਕੇ ਐ ਕਰੋ ਆ ਫੜੋ ਸੂਟ ਤੇ ਹੁਣ ਤੁਸੀਂ ਜਾਓ ਜੱਗੀ ਦਾ ਕੋਈ ਪਤਾ ਨਹੀਂ ਕਦੋਂ ਆਜੇ ਓਹੋ ਤੂੰ ਤੁਸੀਂ ਗੱਲ ਸੁਣੋ ਚਲੋ ਹੁਣ ਤੁਸੀਂ ਜਾਓ ਛੱਡੋ ਹੱਥ ਮੇਰਾ ਤੁਸੀਂ ਮੈਂ ਆਉਣਾ ਪਿੱਛੋਂ ਜਾਣ ਨੂੰ ਪਹਿਲਾਂ ਕਹਿੰਦੇ ਨੇ ਪਤਾ ਟਾਈਮ ਰੱਖੋ ਮੇਰੇ ਵਾਸਤੇ ਵੀ ਕੱਢ ਕੇ ਆਹੋ ਕੱਢਾਂਗੇ ਟਾਈਮ ਚਲੋ ਜਾਓ ਹੁਣ ਤੁਸੀਂ ਜਾਓ 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 ਜਲਦੀ ਕਰੋ ਜੱਗੀ ਆ ਜਾਏਗਾ ਜਾਓ ਮੈਂ ਆਉਣਾ ਪਿੱਛੋਂ ਆਉਂਗਾ ਤੁਸੀਂ ਜਾਣ ਨੂੰ ਪਹਿਲਾਂ ਗੱਲ ਸੁਣੋ ਮੇਰਾ ਜੀ ਕਰਦਾ ਤੁਹਾਡੇ ਲੈ ਬੈਠ ਕੇ ਗੱਲਾਂ ਕਰਨ ਅਚਾਨਕ ਵਰਗਾ ਜੀ ਕਰਦਾ ਮੂੰਹ ਦੇਖੀ ਜਾਵਾਂ ਮੇਰੀ ਇੱਠਿਆ ਮੈਂ ਨਜ਼ਰ ਲੱਗ ਜੇਗੀ ਜਾ ਹੁਣ ਤੂੰ ਜਾ ਹਰ ਪਰਸਨ ਹਾਂ ਮੈਂ ਫੋਨ ਕਰਾਂਗੇ
ਉਹ ਤੂੰ ਘਰੇ ਕੀ ਕਰਦਾ ਓਏ ਅੱਖਾਂ ਕਾ ਤੋ ਬੋਲ ਰਿਹਾ ਤੂੰ ਘਰੇ ਕਰਦਾ ਕੀ ਹੈ ਉਹ ਤੇਰੀ ਭਾਬੀ ਦਾ ਮੇਚਾ ਲੈਣਾ ਆਇਆ ਦੀ ਕਮਾਲ ਯਾਰ ਤੇਰੇ ਵਾਲੀ ਤੂੰ ਆਪਦੀ ਦੁਕਾਨ ਤੇ ਜਾ ਕੇ ਬੈਠਿਆ ਕਰ ਠੀਕ ਹੈ ਉਹ ਮੈਂ ਦੁਕਾਨ ਤੇ ਬੈਠਦਾ ਯਾਰ ਤੂੰ ਫੋਨ ਕਰ ਦੇ ਤਾਂ ਆਉਣਾ ਓਏ ਮੈਨੂੰ ਸੱਪ ਤੂੰ ਕਰਦਾ ਕੀ ਫਿਰਦਾ ਤੇਰੀ ਮੈਂ ਹਜੇ ਸਰਵਿਸ ਕਰੂੰਗਾ ਮੈਂ ਸਰਵਿਸ ਕਦੇ ਕਰੇਗਾ ਸੂਟ ਸਿਉਣ ਵਾਸਤੇ ਆਇਆ ਮੈਂ ਦਿਨੇ ਆਇਆ ਰਾਤ ਨੂੰ ਥੋੜੀ ਆਏਗਾ ਤੂੰ ਤਾਂ ਕਮਾਲ ਕਰਦਾ ਯਾਰ ਆਪਦੀ ਦੁਕਾਨ ਤੇ ਜਾ ਕੇ ਕਰ ਬਸ ਜੀ ਤੂੰ ਮਰਜ਼ੀ ਸਮਾਲ ਕਰ ਸੂਟ ਨਾ ਕਰੇ ਕਰ ਫੋਨ ਬਗਦਾ ਤੂੰ ਤੈਨੂੰ ਕਿਹਨੇ ਪਕਾਤਾ ਯਾਰ ਮੈਂ ਕਾ ਸੂਟ ਸਿਉ ਕੇ ਦੇ ਮੈਂ ਇੱਕ ਉੱਪਰ ਗਾਲਾਂ ਖਾਵਾਂ ਹੁੱਡ ਵਾਲੀ ਕਮਾਲ ਹੈ ਯਾਰ ਚੱਲ ਭੱਗ ਜਾ ਓਏ ਜਾ ਯਾਰ ਤੂੰ रौला पाया सुख तो है ਕੀ ਹੋ ਗਿਆ ਤੂੰ ਮੇਰੀ ਗੱਲ ਸੁਣ ਲੈ ਕਾ ਤੂੰ ਖੇ ਖਾਈ ਜਾਂਦੀ ਉਹ ਦਰਜੀ ਦੇ ਕੀ ਆਉਂਦਾ ਘਰੇ ਪਿੰਡਾਂ ਦੇ ਸੌ ਸੌ ਗੱਲਾਂ ਕਰਦੇ ਨੇ ਓਏ ਹੋਏ ਮੇਰੀ ਘਰ ਸੁਣ ਇੱਧਰ ਮੇਰਾ ਗੁਗਲੂ ਮੁਗਲੂ ਜਿਹਾ ਤੂੰ ਆਪ ਹੀ ਟੇਲਰ ਬਣ ਜਾ ਨਾ ਘਰੇ ਕਾਹਨੂੰ ਲੋੜ ਆਪਾਂ ਨੂੰ ਕੱਪੜੇ ਸਵਾਉਣ ਦੀ ਬਾਹਰ ਭਾਬੀ ਮੈਂ ਤੈਨੂੰ ਹੱਥ ਬੰਨਦਾ ਕਾਹਨੂੰ ਜਲੂਸ ਕੱਢਦੀਆਂ ਦੇਖਿਓ ਉੱਥੇ ਪਿੰਡਾਂ ਦੇ ਸੌ ਸੌ ਗੱਲਾਂ ਕਰਦੇ ਨੇ ਕੀ ਗੱਲਾਂ ਕਰਦੇ ਨੇ ਜਿਹੜਾ ਕੋਈ ਗੱਲਾਂ ਕਰਦਾ ਨਾ ਉਹਦਾ ਘਸਾੜਦਾ ਮਰਿਆ ਅਗਰ ਮੈਂ ਤੈਨੂੰ ਦੱਸਾਂ ਅਗਲੇ ਵੀ ਸੱਚੇ ਆ ਕਹਿੰਦੇ ਦਰਜੀ ਨਾਲ ਖੇ ਖਾਉਂਦੀ ਆ ਤੂੰ ਆਪ ਵੀ ਸ਼ਰਮ ਕਰ ਲਾ ਹੁਣ ਬਾਈ ਤਾਂ ਕੰਪੈਨ ਤੇ ਗਿਆ ਹੋਇਆ ਤੂੰ ਇੱਥੇ ਯਾਰ ਰੰਗ ਚੜਾਈ ਜਾਂਦੀ ਹੈ ਜੇ ਬਾਈ ਨੂੰ ਕਹਾਂ ਕਿਤੇ ਹੋਰ ਨਾ ਕੁਝ ਕਰ ਲੈ ਭਾਬੀ ਦੇਖ ਕੇ ਮੇਰੀ ਗੱਲ ਸੁਣ ਤੇਰੇ ਬਾਈ ਦਾ ਦੋਸਤ ਹੈ ਤੇਰੇ ਬਾਈ ਨੇ ਕਿਹਾ ਵੀ ਘਰੇ ਆ ਕੇ ਮੇਚਾ ਲੈ ਜਾਊਗਾ ਠੀਕ ਹੈ ਵੇ ਮੈਂ ਕਿਹੜਾ ਕੋਈ ਇਹਦੇ ਨਾਲ ਗਲਤ ਆ ਕੱਪੜੇ ਹੀ ਸਵਾਉਣੀ ਆ ਆ ਭਾਬੀ ਤੈਨੂੰ ਆ ਬੰਨਿਆ ਸੱਚੀ ਸਵਿੱਤਰੀ ਨੂੰ ਤੂੰ ਮੇਰੀ ਗੱਲ ਸੁਣ ਲਾ ਜੇ ਅੱਜ ਤੋਂ ਬਾਅਦ ਉਹ ਘਰੇ ਆ ਗਿਆ ਨਾ ਉਹਦੇ ਵੀ ਲੱਤਾਂ ਤੋੜੂ ਤੈਨੂੰ ਹੁਣ ਕਹਿਣਾ ਕਿ ਤੈਨੂੰ ਤਾਂ ਆਪ ਨਹੀਂ ਸ਼ਰਮ ਆਉਂਦੀ ਅੱਛਾ ਬਾਈ ਗਿਆ ਕੰਪੈਨ ਤੇ ਤੂੰ ਆ ਰੰਗ ਚੜਾਈ ਜਾਂਦੀ ਹੈ ਮੇਰੀ ਗੱਲ ਸੁਣ ਲੈ ਤੂੰ ਸ਼ਰਿਆਮੀ ਤੋਂ ਤਾਂ ਲਈ ਜਾਂਦਾ ਮੇਰੇ ਤੇ ਹਾਂ ਜੇ ਤੇਰਾ ਬਾਈ ਘਰੇ ਹੈ ਨਹੀਂ ਤੂੰ ਹੀ ਸਿਰ ਤੇ ਚੜਦਾ ਰਹਿਣਾ ਬਿਨਾ ਮਤਲਬ ਤੋਂ ਰੋਬ ਜਮਾਉਣਾ ਮੇਰੀ ਗੱਲ ਸੁਣ ਲੈ ਮੈਂ ਐਵੇਂ ਕਰੂੰਗੀ ਤੇਰਾ ਕੱਲੇ ਦਾ ਨਹੀਂ ਘਰ ਹੈਗਾ ਮੈਂ ਕੱਪੜੇ ਵੀ ਉਸੇ ਤੋਂ ਸਵਾਉਂਗੀ ਠੀਕ ਹੈ ਜਦੋਂ ਮੇਰੇ ਬੰਦੇ ਨੂੰ ਨਹੀਂ ਕੋਈ ਪ੍ਰੋਬਲਮ ਤੈਨੂੰ ਕਿਉਂ ਹੁੰਦੀ ਹੈ ਅੱਛਾ ਚਲ ਆਉਣ ਦੇ ਹੁਣ ਉਹਨੂੰ ਘਰੇ ਦੇਖੀ ਉਹਨੂੰ ਹੁੰਦਾ ਕੀ ਆ ਚੰਗਾ ਤੂੰ ਕਰ ਲੈ ਜਿਹੜਾ ਕੁਛ ਕਰਨਾ ਮੈਨੂੰ ਤਾਂ ਲੱਗਦਾ ਵੀ ਪਹਿਲਾਂ ਤੈਨੂੰ ਹੀ ਟਿਕਾਉਣਾ ਪੈਣਾ ਤੈਨੂੰ ਹੀ ਗਾਣਾ ਕਰਾਂਗੇ ਪਹਿਲਾਂ ਤੈਨੂੰ ਤਾਂ ਐਂ ਰਵੇਂਗਾ ਨਾ ਜਿਵੇਂ ਮੂੰਹ 'ਚ ਘੁੰਗਣੀਆਂ ਪਾਈਆਂ ਹੁੰਦੀਆਂ ਨੇ ਯਾਰ ਪੁੱਛਾਂ ਕਿ ਨਾ ਉਸਤਾਦ ਇੱਕ ਗੱਲ ਪੁੱਛਾਂ ਤੁਹਾਨੂੰ ਪੁੱਛ ਕੀ ਗੱਲ ਹੈ ਉਸਤਾਦ ਜਨਾਨੀ ਕਿਵੇਂ ਫਸਦੀ ਆ ਹੌਲੀ ਬੋਲ ਉਰੇ ਆ ਜਾ ਮੇਚੇ ਦਾ ਕਮਾਲ ਹੈ ਬਹੁਤ ਤੇਜ ਹੋਈ ਉਸਤਾਦ ਜੀ ਮੈਨੂੰ ਵੀ ਦੱਸੋ ਕੋਈ ਸਕੀਮ ਜਨਾਨੀ ਫਸਾਣੀ ਆ ਓਏ ਤੂੰ ਮੁੰਡਾ ਖੁੰਡਾ ਕੀ ਲੈਣਾ ਜਨਾਨੀ ਤੋਂ ਕੋਈ ਕੁੜੀ ਕੜੀ ਫਸਾ ਤੇਰੀ ਉਮਰ ਹੈ ਜਨਾਨੀ ਹੈ ਫਸਾਣੀ ਹੈ ਨਹੀਂ ਨਹੀਂ ਤੇਰੀ ਗੱਲ ਕਿਸੇ ਨਾਲ ਨਾ ਜੀ ਕਮਾਲ ਹੈ ਬਈ ਜਦੋਂ ਮੈਂ ਤੇਰੀ ਉਮਰ 'ਚ ਹੁੰਦਾ ਸੀ ਨਾ 100 ਸਹੇਲੀਆਂ ਹੁੰਦੀ ਤੇ ਮੇਰੀਆਂ ਸਹੀ ਤੂੰ ਇੰਨਾ ਸੋਹਣਾ ਮੁੰਡਾ ਕੁੜੀ ਫਸਾ ਕੋਈ ਵਧੀਆ ਜੀ ਸੋਹਣੀ ਸੀ ਉਸਤਾਦ ਜੀ ਆ 100 ਸਹੇਲੀਆਂ ਵਾਲਾ ਤਾਂ ਗੱਪ ਆ ਐਵੇਂ ਦੀ ਸਕੀਮ ਦੱਸੋ ਵੀ ਇੱਕ ਸੈੱਟ ਹੋ ਜਾਓ ਨਾ ਗੱਪ ਲੱਗਦਾ ਫਿਰ ਉਰੇ ਕੀ ਅੰਬ ਲੈਣਾ ਸੀ ਜਾ ਕੇ ਕੰਮ ਕਰ ਲੈ ਉਰੇ ਤੈਨੂੰ ਸਿਖਿਆਵਾਂ ਆਸ ਕਿਤੇ ਸਕੂਲ ਆ ਉਰੇ ਕੋਈ ਕਿੰਨੂੰ ਲਵ ਯੂ ਲਵਜ ਕਰੀ ਜਾਂਦਾ ਉਹ ਤਾਂ ਫੋਨ ਆ ਗਿਆ ਸੀ ਯਾਰ ਦੋਸਤ ਦਾ ਲੈ ਫੜ ਚਾਹ ਪੀ ਲੈ ਤੂੰ ਨਾ ਮੇਰੀ ਗੱਲ ਸੁਣ ਐਵੇਂ ਗੁੱਸੇ 'ਚ ਨਾ ਰਿਹਾ ਕਰ ਚੰਗਾ ਤੂੰ ਨਾ ਮੇਰੇ 'ਤੇ ਸ਼ੱਕ ਨਾ ਕਰਿਆ ਕਰ ਐਵੇਂ ਅਤੇ ਨਾ ਗੁੱਸੇ ਰਿਹਾ ਕਰ ਅਤੇ ਨਾ ਹੀ ਮੇਰੇ 'ਤੇ ਸ਼ੱਕ ਕਰਿਆ ਕਰ ਭਾਬੀ ਮੈਂ ਕੀ ਕਰਨਾ ਗੁੱਸੇ ਹੋ ਕੇ ਪਰਾਇਆ ਬੰਦਾ ਆਪਣੇ ਘਰੇ ਗੇੜੇ ਮਾਰਦਾ ਚੰਗਾ ਨਹੀਂ ਲੱਗਦਾ ਤੂੰ ਸਹੀ ਰਹਿ ਨਾ ਮੇਰੇ ਨਾਲ ਅਤੇ ਇੱਥੇ ਕੋਈ ਨਹੀਂ ਵੜੇਗਾ ਭਾਬੀ ਜਿਹੜੇ ਹਿਸਾਬ ਨਾਲ ਤੂੰ ਕਹਿੰਦੀ ਆ
ਐਦਾਂ ਥੋੜੀ ਕੋਈ ਚੱਲਿਆ ਕਰਦਾ ਨਾ ਮੈਂ ਕਿਹੜੇ ਹਿਸਾਬ ਨਾਲ ਕਹਿੰਦੀ ਹਾਂ ਵੇ ਤੇਰਾ ਵੀ ਦਿਮਾਗ ਮੈਂ ਕਹਿੰਦੀ ਐਵੇਂ ਹੀ ਚੱਲਦਾ ਰਹਿੰਦਾ ਇੱਧਰ ਉੱਧਰ ਹੋ ਮੈਨੂੰ ਸਭ ਸਮਝ ਆਉਂਦੀ ਹੈ ਠੀਕ ਆ ਚੱਲ ਤੂੰ ਰੋਟੀ ਕਰ ਲੈ ਤਿਆਰ ਇਹੀ ਤਾਂ ਤੇਰੇ ਸਮਝ ਨਹੀਂ ਆਉਂਦੀਆਂ ਫੋਨ ਫੇਰ ਆ ਗਿਆ ਹੈ ਵੇ ਤੇਰੀ ਤਾਂ ਉਹੀ ਗੱਲ ਹੈ ਕਹਿੰਦੇ ਘਰ ਦੀ ਚੱਕਰ ਬੁਰੇ ਵਰਗੀ ਗੁੜ ਹੱਟੀਆਂ ਨਾ ਖਾਵੋ ਭਾਬੀ ਕੋਈ ਨਹੀਂ ਐਦਾਂ ਕਦੋਂ ਕਰਦੀਆਂ ਮੈਨੂੰ ਚੰਗਾ ਭਾਬੀ ਰੋਟੀ ਬਣਾ ਲੈ ਜਾ ਕੇ ਹਾਂਜੀ ਤੈਨੂੰ ਕਦੇ ਮੈਂ ਹੀ ਵੇਚਾਂ ਲਾਉਂਗੀ ਕੁਛ ਨਹੀਂ ਭਾਬੀ ਯਾਰ ਭਾਬੀ ਦਾ ਦਿਮਾਗ ਹਿੱਲਿਆ ਪਿਆ ਯਾਰ ਪੁੱਠੇ ਸਿੱਧੇ ਹੱਥ ਮਾਰੀ ਜਾਂਦੇ ਆ ਕੀ ਕਹਾਂ ਤੈਨੂੰ ਉਹ ਉਂਝ ਕਿਹਾ ਠੀਕ ਹੈ ਕਰਦਾ ਬਾਅਦ ਚੋਂ ਦੇਖ ਲਾ ਕੀ ਲੱਛਣ ਕਰਦੀ ਦਿਲ ਕਰਦਾ ਮਾਰਦਾ ਉਹ ਜਾਦੀ ਮੇਰੀ ਗੱਲ ਸੁਣੀ ਯਾਰ ਇੱਕ ਮਿੰਟ ਮੈਂ ਕਰ ਦੂੰਗਾ ਆਉਣਾ ਯਾਰ ਪਟਿਆਲੇ ਜਾਣਾ ਹੁਣਾਂ ਤੂੰ ਹਾਂ ਜਾਣਾ ਹੁਣਾਂ ਬਾਈ ਉਹਨਾਂ ਥੋੜਾ ਸਮਾਨ ਜਿਹਾ ਫੜਾਉਣਾ ਰਿਸ਼ਤੇਦਾਰਾਂ ਦੇ ਯਾਰ ਅੱਛਾ ਹਾਂ ਕੋਈ ਗੱਲ ਨਹੀਂ ਫੜਾ ਦਾਂਗੇ ਯਾਰ ਗੱਡੀ ਕਰ ਦੋ ਕੁ ਬੈਗ ਨੇ ਉਹਨਾਂ ਚੋਂ ਉਹਨਾਂ ਦੇ ਕੱਪੜੇ ਨੇ ਥੋੜਾ ਉਹਨਾਂ ਦਾ ਸਮਾਨ ਆਪਾਂ ਨਾ ਡਿੱਕਰ ਜਾ ਕੋਈ ਗੱਲ ਨਹੀਂ ਮੈਂ ਫੜਾ ਦੂੰਗਾ ਯਾਰ ਬਸ ਠੀਕ ਹੈ ਚੱਕਰ ਨਹੀਂ ਤੇ ਮੇਰੀ ਗੱਲ ਸੁਣ ਗੱਲ ਸੁਣ ਹਾਂ ਮੈਨੂੰ ਯਾਰ ਕੰਮ ਦਿੱਕਤ ਹੈ ਇੱਕ ਕੀ ਕੰਮ ਆ ਆਪਾਂ ਗੱਡੀ ਤੇਰੀ ਕਰੀ ਹੁੰਦੀ ਆ ਹਾਂ ਹਾਂ ਆਪਾਂ ਯਾਰ ਸੰਗਰੂਰ ਚੱਲ ਕੇ ਆਣਾ ਮੜਾ ਜਾ ਚੱਲ ਆਪਾਂ ਜਾਏਂਗੇ ਸੰਗਰੂਰ ਚੱਲ ਆਵਾਂਗੇ ਚੱਲ ਆਵਾਂਗੇ ਪੱਕਾ ਪੱਕਾ ਠੀਕ ਆ ਤੈਨੂੰ ਮੈਂ ਸਮਾਨ ਫੜਾਉਣਾ ਠੀਕ ਆ ਹਾਂ ਹਾਂ ਤੂੰ ਘਰੋਂ ਲੈ ਜਾ ਕੇ ਸਮਾਨ ਕੋਈ ਚੱਕਰ ਨਹੀਂ ਯਾਰ ਚੱਲ ਰਹਿਣ ਦੇ ਤੈਨੂੰ ਮੈਂ ਸਮਾਨ ਬੱਸ ਸਟੈਂਡ ਤੇ ਫੜਾ ਦੂੰਗਾ ਅੱਛਾ ਠੀਕ ਆ ਚੱਲ ਮਰਜ਼ੀ ਓਕੇ ਠੀਕ ਆ ਕੀ ਹਾਲ ਨੇ ਜੱਸੀ ਹਾਂ ਕੀ ਹਾਲ ਆ ਉਹ ਵਧੀਆ ਹਨ ਵਧੀਆ ਵਧੀਆ ਕਿਵੇਂ ਚੱਲ ਰਿਹਾ ਕੰਮ ਕਰ ਕੰਮ ਵਧੀਆ ਚੱਲੀ ਜਾਂਦਾ ਉਹ ਯਾਰ ਮੇਰਾ ਕੁੜਤੇ ਮੈਂ ਸਿਮਣਾ ਦੀ ਉਹ ਕੁੜਤੇ ਪਜਾਮੇ ਵਾਸਤੇ ਕਿੱਥੇ ਟਾਈਮ ਆ ਤੈਨੂੰ ਪਤਾ ਵਿਆਹ 7 ਦਿਨ ਚੱਲ ਰਹੀਆਂ ਨੇ ਤੇ ਟਾਈਮ ਹੀ ਨਹੀਂ ਲੱਗਦਾ ਚਾ ਯਾਰ ਮਰਜ਼ੀ ਹੈ ਤੇਰੀ ਉਹ ਸੱਚ ਹੈ ਮੇਰੀ ਭਾਬੀ ਦਾ ਸੂਟ ਸਿਮਣਾ ਦੀ ਕਾ ਉਹਨੂੰ ਭੇਜ ਦੇ ਉਹ ਯਾਰ ਕਹੇ ਜਾ ਬੰਦਾ ਤੂੰ ਕਮਾਲ ਆ ਯਾਰ ਮੇਰੇ ਕੁੜਤੇ ਮੈਂ ਮਾਰੀ ਤਾਂ ਤੇਰੇ ਲਈ ਟਾਈਮ ਨਹੀਂ ਹੈਗਾ ਮੇਰੀ ਭਾਬੀ ਨੂੰ ਕਹਿੰਦਾ ਭੇਜ ਦੀ ਕੱਲੀ ਜਨਾਨੀ ਦਾ ਕੰਮ ਕਰਦਾ ਤੂੰ ਉਹ ਕੀਮਤ ਵਾਲਾ ਕੰਮ ਕਰਦਾ ਸੂਟ ਸਿਉਣਾਗਾ ਪਤਾ ਮੈਨੂੰ ਸਾਰੇ ਤੇਰੇ ਲੱਛਣਾਂ ਦਾ ਜਿਹੜੇ ਘਰੇ ਜਾ ਜਾ ਮੇਚੇ ਲੈਣਾ ਉਹ ਜਾ ਓਏ ਕੰਮ ਕਰ ਲੱਛਣਾਂ ਦਾ ਪਤਾ ਤੈਨੂੰ ਯਾਦ ਰੱਖੀ ਤੂੰ ਮੁੜ ਕੇ ਦੁਕਾਨ ਤੇ ਨਾ ਵੜਦੀ ਟਾਈਮ ਬਹੁਤ ਹੋ ਗਿਆ ਆਈ ਨਹੀਂ ਮੈਂ ਕੱਲ ਦੁਕਾਨ ਨਹੀਂ ਆ ਆ ਗਈ ਚੱਲ ਲੈ ਕਿ ਕਿੱਥੇ ਖੜੇ ਆ ਕੇ ਲੱਗਦਾ ਸਰ ਹੋਰ ਕੋਈ ਚੱਜ ਦੀ ਥਾਂ ਹੀ ਨਹੀਂ ਮਿਲੀ ਤੈਨੂੰ ਚੰਤਰਾ ਨਾ ਕੀਤਾ ਆ ਇੱਥੇ ਕਿੱਥੇ ਉਜੜੀਆਂ ਜੀਆਂ ਜਗ੍ਹਾ 'ਚ ਬੈਠੇ ਹੋ ਤੁਸੀਂ ਹੋਰ ਆ ਗਈ ਮੈਂ ਚੜ੍ਹਾਈ ਚੜ੍ਹਾਈ ਜਾਂਦੇ ਇੱਥੇ ਵੇਟ ਕਰਾਈ ਹੈ ਇੱਕ ਤਾਂ ਖਾਂਸੀ ਲੱਗੀ ਨੂੰ ਨਾ ਇਹ 10-15 ਦਿਨ ਹੋ ਗਏ ਹਟ ਹੀ ਨਹੀਂ ਰਹੀ ਦਵਾਈ ਦਵਾ ਲੈਣੇ ਆ ਦਵਾਈ ਕਿੱਥੇ ਕਰਮਾਂ 'ਚ ਮੇਰੀ ਗੱਲ ਸੁਣ ਜੱਗੀ ਨੇ ਨਾ ਹੁਣ ਘਰੇ ਤਾਂ ਆਉਣਾ ਜਾਣਾ ਕਰਤਾ ਤੁਹਾਡਾ ਬੰਦ ਆ ਉਹ ਤੂੰ ਯਾਰ ਜੱਗੀ ਨੂੰ ਡਰੀ ਨਾ ਕੱਲ ਦਾ ਜਵਾਕ ਆ ਜੱਗੀ ਲੈ ਰੱਖਿਆ ਦੱਸ ਕੱਲ ਦਾ ਜਵਾਕ ਤਾਂ ਹੈਗਾ ਘਰ ਦਾ ਮੈਂਬਰ ਹੈ ਨਾ ਉਹ ਐਂ ਕਰ ਤੂੰ ਘਰ ਦਾ ਮੈਂਬਰ ਹੈ ਨਾ ਜਿਵੇਂ ਮਸ਼ੀਨ ਤੇ ਗਿਆ ਉਹਨੂੰ ਵੀ ਇੱਥੇ ਭੇਜ ਦੇ ਬਾਹਰ ਹੀ ਭੇਜ ਦੇ ਪੜਿਆ ਹੋਇਆਗਾ ਉਹ ਮੇਰੇ ਹੱਥ ਨਹੀਂ ਨਾ ਭੇਜਣਾ ਅਗਲੇ ਦੇ ਭਾਈ ਨੇ ਛੱਡਿਆ ਹੋਇਆ ਘਰੇ ਫਿਰ ਗੱਲ ਸੁਣ ਲੈ ਮੈਂ ਤੈਨੂੰ ਛੱਡ ਸਕਦਾ ਮੈਂ ਤਾਂ ਆਉਂਗਾ ਛੱਡਣ ਨੂੰ ਤਾਂ ਮੈਂ ਵੀ ਨਹੀਂ ਕਿਹਾ ਫਿਰ ਯਾਰ ਤੂੰ ਜੱਗੀ ਦਾ ਬਣਾ ਕਿਉਂ ਲਾਉਣੀ ਨਹੀਂ ਦੱਸ ਚੱਲ ਕੋਈ ਨਾ ਗੱਲ ਸੁਣ ਲੈ ਮੇਰਾ ਨਹੀਂ ਤੇਰੇ ਬਿਨਾਂ ਸਰਦਾ ਇੰਨੇ ਸਾਲ ਦੀ ਆਪਣੀ ਉਹ ਗੱਲਬਾਤ ਆ ਮੈਂ ਨਹੀਂ ਸਹੀ ਤੇਰੇ ਬਿਨਾਂ ਜੀ ਸਕਦਾ ਸੱਚੀ ਗੱਲ ਪੱਕਾ ਕੀ ਗੱਲ ਤੂੰ ਜੱਗੀ ਦਾ ਕਰ ਪੁੱਛ ਮੈਨੂੰ ਨਹੀਂ ਪਤਾ ਚੱਲ ਫਿਰ ਐਂ ਕਰੀ ਇੱਕ ਦਿਨ ਮੇਰੇ ਪਿੱਛੇ ਮਾਰ ਕੇ ਵਿਖਾਈ ਮੈਨੂੰ ਓਏ ਮਰਦੇ ਤਾਂ ਫੁੱਦੂ ਆਸ਼ਕ ਨੇ ਮੈਂ ਤਾਂ ਤੇਰੇ ਨਾਲ ਜਿਉਣਾ ਚਾਹੁੰਦਾ ਤੂੰ ਦੱਸ ਸਾਥ ਦੇਵੇਂਗੀ ਹੁਣ ਤਾਂ ਨਾ ਜੱਗੀ ਤੇ ਕੋਈ ਗੇਮ ਪਾਉਣੀ ਪਏਗੀ ਜਿੰਨਾ ਚਿਰ ਇਹ ਰਹਿੰਦਾ ਨਾ ਸਿਰ ਤੇ ਉਨਾ ਚਿਰ ਇੱਕ ਤਾਂ ਸਾਲਾ ਜੱਗੀ ਡਰ ਰੱਖਿਆ ਮੂਹਰੇ ਵਿੱਚ ਫਿਰ ਨਿਬੇੜ ਕੰਮ ਕੰਮ ਨਿਬੇੜਨਾ ਹਾਂ ਚੱਲ ਕੰਮ ਵੀ ਨਿਬੇੜ ਦਾਂਗੇ ਪਰ ਸਾਥ ਨਾ ਛੱਡ ਦੇ ਤੂੰ ਪਾਗਲ ਤੇਰਾ ਰੀਠੇ ਦਾ ਮੈਂ ਸਾਥ ਛੱਡਾਂਗੀ ਲੱਕ ਹੱਦ ਹੋ ਗਈ ਉਹ ਕਿਤੇ ਮੈਨੂੰ ਅੰਦਰ ਵਟਿਆ ਦੇ ਬੇ ਤੂੰ ਸੂਟ ਹੀ ਸਿਉਣੇ ਨੇ ਅੰਦਰ ਬੈਠਾ ਸੀ ਵੀ ਜੇ ਸਾਬਾਸ
ਇਹ ਰਗਾ ਤੇਰਾ ਪਿਆਰ ਹੈ ਕਮਾਲ ਹੈ ਤੇਰੀ ਮਜ਼ਾਕ ਕਰਦੀ ਆ ਉਹ ਮੈਨੂੰ ਪਤਾ ਮਜ਼ਾਕ ਕਰਦਾ ਉਹ ਤੂੰ ਯਾਰ ਮੇਰੀ ਗੱਲ ਸੁਣ ਕਹਿ ਜਾ ਓਏ ਇਹ ਜੇ ਕਿਹੜਾ ਤੇ ਮੇਰੇ ਕੰਨ ਚ ਵਾਲਾ ਪਾਉਣਾ ਇੱਥੇ ਦੱਸ ਦੇ ਓ ਯਾਰ ਤੂੰ ਨਾ ਉੱਥੇ ਗੱਲ ਕਰਦੀ ਉਰੇ ਬੁਲਾਇਆ ਤੂੰ ਉਰੇ ਨਹੀਂ ਗੱਲ ਕਰਦੀ ਆਉਣ ਤੋਂ ਪਹਿਲਾਂ ਭੱਜਣ ਦੀ ਕਹਿੰਦੀ ਤੈਨੂੰ ਕਾਲੀ ਗੱਲਾਂ ਦਾ ਮੁੱਕਾ ਕਿੱਥੇ ਮਿੱਟੀ ਦੇ ਵਿੱਚ ਆ ਕ ਪੈਂਦਾ ਇੱਥੇ ਹੋਰ ਕੋਈ ਚੱਪਲ ਲੈ ਦੱਸ ਲੈ ਜੱਗੀ ਵੀ ਕੰਮ ਲਈ ਹੈ ਉਹ ਕਿੱਥੇ ਮੈਂ ਤਾਂ ਕਿੱਥੇ ਉਹ ਸੜੀ ਜੀ ਪਤਾ ਨਹੀਂ ਕਿੱਥੋਂ ਦੀ ਹੈਗੇ ਕਿੱਥੇ ਦੀ ਨਹੀਂ ਉਹਨੂੰ ਦਿਨੇ ਰਾਤ ਲੱਭਜੂ ਕਰਦਾ ਰਹਿੰਦਾ ਇਹਨੂੰ ਪੂਰਾ ਕਦਰ ਨਹੀਂ ਜੇ ਇਹਨੂੰ ਕਦਰ ਹੋਵੇ ਨਾ ਤਾਂ ਮੇਰੀ ਕੀ ਮਜਾਲ ਸੀ ਮੈਂ ਘਰੋਂ ਬਾਹਰ ਨਿਕਲ ਜਾਂਦੀ ਜੇ ਮੇਰੀ ਦਾਵ ਥੱਲੇ ਨਹੀਂ ਨਾ ਤਾਂ ਰਹਿਣ ਮੈਂ ਉਹਦੇ ਵੀ ਨਹੀਂ ਦਿੰਦੀ ਇਹਨੂੰ ਕੋਈ ਗੱਲ ਨਹੀਂ ਹੁਣ ਕੋਈ ਨਾ ਕੋਈ ਸਕੀਮ ਤਾਂ ਲੜਾਉਣੀ ਪੈਣੀ ਤੇਲ ਦੇਖ ਤੇ ਤੇਲ ਦੀ ਢਾਲ ਦੇਖ ਉਹ ਫੜਾ ਦੇ ਉਹ ਲਾਲ ਫੜਾ ਯਾਰ ਆਹੀ 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 ਉਸਤਾਦ ਜੀ ਮਹਿੰਗਾਈ ਦੇ ਹਿਸਾਬ ਨਾਲ ਦੇਖਿਆ ਜਾਵੇ ਇੰਨੀ ਕਿੰਨੀ ਕੰਮ ਦਾ ਨਾ ਤੁਹਾਡੀ ਜਿਹੜੀ ਤੁਸੀਂ 3 ਕਿੱਲੇ ਜ਼ਮੀਨ ਦੇ ਲੈ ਲਈ 3 ਕਿੱਲੇ ਤੋਂ ਕਿੱਲੇ ਨਾ ਯਾਰ ਕੰਮ ਕਰ ਲੈਣਾ ਤੂੰ ਉਸਤਾਦ ਜੀ ਦੱਸ ਦੋ ਜੀ ਗੁਰਮੰਤਰ ਮੈਂ ਵੀ ਲੈ ਲੂੰਗਾ ਜ਼ਮੀਨ ਤੂੰ ਲੈ ਲੇਗਾ ਕੁੜੀ ਦੇ ਤੋਂ ਫਸ ਦੇਣੀ ਮੰਤਰ ਜਨਾਨੀ ਫਸਾਉਣ ਦੇ ਮੇਰੇ ਤੋਂ ਮੰਗਦਾ ਜ਼ਮੀਨ ਲੈ ਲੂੰਗਾ ਦੱਸ ਦੋ ਜੀ ਉਸਤਾਦ ਜੀ ਮੈਂ ਇਕੱਲਾ ਮੇਚਾ ਨਹੀਂ ਲੈਂਦਾ ਪੇਚਾ ਫਸਾ ਕੇ ਆਉਣਾ ਜਦੋਂ ਮੇਚਾ ਲੈਣ ਜਾਂਦਾ ਅੱਛਾ ਜੀ ਜਿਹੜੀ ਜਨਾਨੀ ਫਸ ਗਈ 2-3 ਲੱਖ ਚ ਰਗੜਤੀ ਆ ਬੱਲੇ ਤਾਂ ਹੀ ਜ਼ਮੀਨ ਬਣਦੀ ਆ ਦੁਕਾਨ ਤੇ ਬੈਠਣ ਨਾਲ ਕੁਛ ਨਹੀਂ ਬਣਦਾ ਅੱਛਾ ਉਸਤਾਦ ਜੀ ਫਿਰ ਹੁਣ ਮੈਂ ਵੀ ਜਨਾਨੀਆਂ ਫਸਾਇਆ ਕਰੂੰਗਾ ਉਹ ਜਨਾਨੀਆਂ ਦੇ 2 ਕੰਮ ਨੇ ਜਾਂ ਤਾਂ ਪੈਸਾ ਖਾ ਜਾਂਦੀ ਆ ਜਾਂ ਖਵਾਉਂਦੀ ਆ ਉਹ ਕਿਤੇ ਜਿਹੜੀ ਥੋੜੀ ਮੋਟੀ ਜ਼ਮੀਨ ਆ ਉਹ ਨਾ ਵੇਚਦੀ ਉਹਦੇ ਪਿੱਛੇ ਲੱਗ ਕੇ ਅੱਛਾ ਠੀਕ ਆ ਹਾਂ ਜਨਾਨੀ ਫਸਾਉਂਗਾ ਮੈਂ ਉਹ ਮੇਰੀ ਗੱਲ ਸੁਣੋ ਦੱਸ ਬਈ ਕੱਲ ਮੈਂ ਜੱਸੀਦਾਰ ਜੀ ਕੋਲੇ ਗਿਆ ਸੀ ਉਹਦਾ ਸਾਲਾ ਬੜਾ ਘਟੀਆ ਬੰਦਾ ਮੈਂ ਕਿਹਾ ਮੇਰੇ ਕੁੜਤੇ ਮੈਂ ਮਸੀਮ ਦੇ ਮੇਰੇ ਕੁੜਤੇ ਮੈਂ ਐਵੇਂ ਵਾਰੀ ਦਾ ਜਵਾਬ ਦੇ ਗਿਆ ਜਦੋਂ ਮੈਂ ਉਈ ਜਾਣ ਕੇ ਕਹਿਤਾ ਮੈਂ ਕਿਹਾ ਮੇਰੀ ਭਾਬੀ ਦੇ ਵੀ ਕੱਪੜੇ ਸਿਮਣੇ ਨੇ ਸਾਲਾ ਕਹਿੰਦਾ ਤੇਰੀ ਭਾਬੀ ਨੂੰ ਭੇਜ ਦੀ ਸੀਮ ਨੂੰ ਆ ਮੇਰੇ ਸਾਲੀ ਦੀ ਚੰਗੀ ਬੇਇੱਜ਼ਤੀ ਕਰਕੇ ਆਇਆ ਮੈਂ ਜੱਸੀ ਦਾ ਜਿਹੜਾ ਚੇਲਾ ਨਹੀਂ ਹੈਗਾ ਅੱਜ ਮੈਨੇ ਉਰੇ ਬੁਲਾਇਆ ਉਹ ਗਰਾਊਂਡ 'ਚ ਆਪਾਂ ਫੁੱਲ ਸਵਾਦ ਲਵਾਂਗੇ ਤੋਂ ਜੱਗੀ ਦੀ ਭਾਬੀ ਦਾ ਦਰਜੀ ਨਾਲ ਕੀ ਚੱਕਰ ਆ ਓਏ ਜੱਗੀ ਤਾਂ ਤੇਰਾ ਯਾਰ ਦੋਸਤ ਹੈ ਯਾਰ ਉਹ ਤਾਂ ਊ ਯਾਰ ਦੋਸਤ ਆ ਯਾਰ ਬੁੜੀ ਯਾਰੀ ਦੋੜੀ ਉਹਦੇ ਨਾਲ ਬਾਈ ਤੈਨੂੰ ਮੈਂ ਇੱਕ ਗੱਲ ਦੱਸਾਂ ਹਾਂ ਜਿਹੜੀ ਕੁੜੀ ਪਿੱਛੇ ਤੂੰ ਫਿਰਦਾ ਉਹ ਤਾਂ ਜੱਗੀ ਦੇ ਭਾਬੀ ਦੇ ਪਿੰਡ ਦੀ ਕੁੜੀ ਆ ਸਿੰਮੀ ਹੋਰ ਹੋਣਾ ਲੈ ਫਿਰ ਤੂੰ ਵੀ ਯਾਰ ਬੋਲੀ ਆ ਅੱਜ ਜਾਂਦੇ ਭਾਬੀ ਲਵੇ ਜਾ ਟਾਂਕਾ ਫਿੱਟ ਹੋਇਆ ਤੇਰਾ ਤਾਂ ਅੱਛਾ ਓਏ ਭਾਬੀ ਕਰਾ ਦੂੰ ਮੇਰੀ ਗੱਲ ਲੈ ਬਾਈ ਯਾਰ ਭਾਬੀ ਤਾਂ ਇਹੀ ਕੰਮ ਦੀ ਆ ਉਹਨੇ ਤਾਂ ਅੱਧੇ ਪਿੰਡ ਦੇ ਟਾਂਕੇ ਫਿੱਟ ਕਰਾਤੇ ਚੱਲ ਕੱਲੂ ਚੱਲਦੇ ਜੱਗੀ ਦੀ ਭਾਬੀ ਕੋਲ ਦੋਵੇਂ ਚੱਲਾਂਗੇ ਠੀਕ ਆ ਓ ਕੀ ਹਾਲ ਆ ਚੱਕ ਲੋ ਤਰਨ ਵਾਲਿਓ ਕਿਵੇਂ ਓਏ ਹੋਏ ਜਾਣ ਕਿਵੇਂ ਆ ਕਿਵੇਂ ਚੱਲ ਰਿਹਾ ਫਿਰ ਤੇਰੇ ਉਸਤਾਦ ਵਾਲਾ ਸਿਸਟਮ ਓ ਤੁਸੀਂ ਤਾਂ ਫੁੱਦੂ ਆ ਓ ਦੱਸ ਦੇ ਓ ਯਾਰ ਤੁਸੀਂ ਤਾਂ ਮਹਾ ਫੁੱਦੂ ਹੋ ਯਾਰ ਓ ਕਿਉਂ ਬੇਇੱਜ਼ਤੀ ਕਰੀਏ ਨਾ ਦਾਦੇ ਯਾਰ ਓ ਯਾਰ ਤੁਸੀਂ ਤਾਂ ਜਮੀ ਕਲਾਨੋ ਯਾਰ ਓ ਹੁਣ ਮੈਂ ਤੇਰਾ ਕਟਾਪਾ ਕਰੂੰਗਾ ਦਾਦੇ ਕੀ ਆ ਤੁਹਾਡਾ ਬੜਾ 3 ਕਿੱਲੇ ਜ਼ਮੀਨ ਦੇ ਖਰੀਦ ਗਿਆ ਹੈ ਓਏ ਉਹ ਤਾਂ ਸਣਾ ਕੱਲੇ ਸੂਟ ਸੀਂਦਾ 3 ਕਿੱਲੇ ਕਿਵੇਂ ਲੈ ਗਿਆ ਜ਼ਮੀਨ ਦੇ ਆਈ ਆ ਫਿਰ ਦਾਜੀ ਦਾ ਦਿਮਾਗ 3 ਕਿੱਲੇ ਯਾਰ ਹੋਰ ਕੀ ਮੈਂ ਤਾਂ ਆਪ ਯਾਰ ਦਰਜੀ ਬਣੂੰਗਾ ਓ ਸੌਖਾ ਥੋੜੀ ਆ ਥਰਕੀ ਜਰ ਜੀਵਨ ਨਾ ਮੇਚੇ ਲੈਣੇ ਪੈਂਦੇ ਨੇ ਅੱਛਾ ਬਈ ਮੈਂ ਤਾਂ ਆਪ ਲਊਂ ਯਾਰ ਕੀ ਮੇਚੇ ਯਾਰ ਚੱਲ ਤੂੰ ਉਹ ਦੱਸ ਯਾਰ ਕਿੱਥੇ ਚੱਕ ਪਹੁੰਚੀ ਉਹਨਾਂ ਦੀ ਗੱਲ ਤਾਂ ਬਾਈ ਪਹੁੰਚੀ ਪਈ ਹੈਗੀ ਅੱਛਾ ਭਾਬੀ ਦਾ ਪਰੌਣਾ ਗਿਆ ਹੋਇਆ ਤਾਂ ਮਸ਼ੀਨ ਤੇ ਉਹਨਾਂ ਦਾ ਚੱਲਦਾ ਗੁਟਰਕੂ ਗੁਟਰਕੂ ਮੈਂ ਦੀ ਉਹਦੇ ਵਾਲੇ ਨਜ਼ਾਰੇ ਨਹੀਂ ਯਾਰ ਦਾ ਤੂੰ ਮੜਾ ਜਿਹਾ ਰੁਕ ਜਾਗਾ ਮੈਂ ਆ ਕੇ ਗੱਲ ਕਰਕੇ ਠੀਕ ਆ ਬਈ ਮੈਂ ਖੜਾ ਠੀਕ ਆ ਜਾਗਾ ਭਾਬੀ ਭਾਬੀ ਜੀ ਹਾਂ ਆਇਓ ਸਤਿ ਸ਼੍ਰੀ ਅਕਾਲ ਭਾਬੀ ਜੀ ਸਤਿ ਸ਼੍ਰੀ ਅਕਾਲ ਹੋਰ ਠੀਕ ਹੋ ਠੀਕ ਆ ਵਧੀਆ ਜੱਗੀ ਕਿੱਥੇ ਜੀ ਜੱਗੀ ਬਾਹਰ ਨੂੰ ਗਿਆ ਹੋਇਆ ਅੱਛਾ ਵੱਡਾ ਬਾਈ ਵੱਡਾ ਬਾਈ ਤੇਰਾ ਕੰਮ ਤੇ ਗਿਆ ਹੋਇਆ ਅੱਛਾ ਵੀ ਦੱਸ ਕੀ ਕੰਮ ਹੈ ਤੈਨੂੰ ਮੈਂ ਤਾਂ ਗੱਲ ਕਹਿਣੀ ਸੀ ਤੁਹਾਨੂੰ ਕੋਈ ਵਕ ਚੱਜ ਦੀ ਕਹੀ ਜੇ ਕੋਈ ਕਹੇਗਾ ਐ ਨਾ ਕਰਿਓ ਕਿਤੇ ਕੋਈ ਜੁੱਤੀਆਂ ਜੁੱਤੀਆਂ ਖਾਣ ਵਾਲੀ ਨਾ ਕਹਿ ਲਈ ਉਹ ਨਹੀਂ ਦੱਸ ਬੋਲ ਪਿੰਡ ਦੀ ਇੱਕ ਕੁੜੀ ਆ ਸਿੰਮੀ ਹੈ ਫੇਰ ਬੋਲੀ ਦੁਬਾਰੇ ਸਿੰਮੀ ਆ ਤੁਹਾਡੇ ਪਿੰਡ ਦੀ ਇੱਕ ਕੁੜੀ ਅੱਛਾ ਫੇਰ ਹੁਣ ਮੇਰੀ ਗੱਲਬਾਤ ਕਰਾ ਦੇ ਨਾ ਮੈਂ ਨਾ ਮੈਂ ਜਾਣਾ ਨਾ ਬੁੱਝਾਂ ਮੈਂ ਤੇਰੀ ਗੱਲ ਕਿਵੇਂ ਕਰਾ ਦੂੰਗੀ ਦੱਸੀ ਉਹ ਨਹੀਂ ਉਹ ਮੇਰੇ ਨਾਲ ਪੜਦੀ ਆ ਉਹਨੇ ਦੱਸਿਆ ਦੀ ਤੁਹਾਡੇ ਬਾਰੇ ਪੜਦੀ ਤੇਰੇ ਨਾਲ ਹੈ ਤੇ ਗੱਲ ਮੈਂ ਕਰਾਵਾਂ ਤੂੰ ਵੀ ਮੈਂ ਕਹਿੰਦੀ ਆ ਭੂੰਡਾ ਸੀ ਕੀ ਹੈ ਚੱਲ ਜੇ ਸੈਟਿੰਗ ਨਹੀਂ ਕਰਾਣੀ ਰਿਸ਼ਤਾ ਕਰਾ ਦੇ ਫਿਰ
हाँ रिश्ता करा सकती हैं पूछ के बाली घेंट बाबी तेरे जिनी सोहनी है। अच्छा वे कितने ना हो मैंने जुत्तियां की छाप पवा दे। नहीं भाभी फिक्र क्या कर दी सारे पिंड च इज्जत भाभी अपनी। वे आहो पता है मैनू इज्जत है तेरी। मैं ऐसे में कुछ अज की गल करेगा तू जा कम कर पढ़ पुड़ ला। भाभी मर्जी है बाकी तेरी सूट तो अभी भी सीम लाने। तेरी इन्नी हिम्मत खड़ जा तू देखी हूँ जकी ला के ना उंगल तेरी तो मैं सर्विस करावगी तेन तो यह जे सूट समय आऊंगी ना फिटिंग आए जा की करेगा है मर जाना एक ही टाउंट मार के गया हूँ बढ़ जी तू इत चंगा हो गया आ गया तू की हो गया ना तू कहना दर्जी ना करे आवे है फिर सला के भी दिखावे करे ना लत्तां तोड़ते आउंदियां ओ तेरे जेड़े दोस्त है ना हुण आया सी करे मैं तैनूं दसां कहना जग्गी करे मैं कहा नहीं ओ फिर भी गां ही गां जांदा रहा है नाले ओदे लच्छण ही ठीक है मैनूं होर साहब नाल ही मजाक कर रहा सीगा केड़ा दोस्त है वे ओहो जेड़ा पक्के ज रंग दा एड्डा कसलेडा जिहा ओदी सड़ दी इन्नी हिम्मत की कहंदा सी भाभी तैनूं ओहो अगले दी हिम्मत बथेरी हो जाती है जो घर कर दे तुम तो लाने लग जा तू रहन दे भाभी तेरे आप दे लक्षण देखे तू भाभी तू फिक्र ना कर मैं कर दो गल साले नाल मैं तो ना मेरा तो जी करता मैं कोठे ते छाल मार के मर जा भाभी तू फिक्र ना कर उधर मैं करदा गल एवें किवें ने मेरी भाभी नूं पुठा बोलिया तू कर ना कर मैं तो अज मरूंगी ओ भाभी मेरी गल सुनी भाभी तू फिक्र ना कर जमा भी मैं करदा गल उहदे नाल जे तैनूं कुछ हो गया फिर बाई की सोचूगा कि मेरे जान तो बाद पता नहीं भाभी नाल की बर्ताव करते। अच्छा हूँ आया ना उठ पहाड़ थले हूँ तू की करेगा तेरे उत्तों की काम होगी हेलो हेलो हाँ जसी मेरी गल सुन मैं अपना काम करता। अच्छा बवा तो पिछे जग्गी दे दोस्तों दा भी जहां दा सिर पाड़ देन जहां दी लत्तां बावां तोड़ देन मैं तो इहनू बैठे नू ही सांभ लूं। ठीक है लत्त बावां तड़वा दिओ सिर पड़वा दिओ नहीं। अच्छा जे मेरे तक चढ़ गया मैं तो मारे दूंगा साले नू। बस बस ठीक है ले ਹੁਣ ਭੱਜ ਤੂੰ ਕਿੱਧਰ ਭੱਜੇਗਾ। ਹਾਂ ਗਿਆ ਸੀ ਕਹਿਦਾ ਸੀ ਮੈਂ ਤਦੀ ਬਾਹਰ ਕੀ ਕਰਨ ਗਿਆ ਸੀ ਓਏ ਚੱਕਰ ਕੀ ਆ ਕੀ ਬਾਈ ਤੂੰ ਭੱਗ ਜਾ ਬਾਈ ਤੂੰ ਭੱਗ ਜਾ ਉਹ ਗਲਤ ਦਾਦੇ ਬਾਈ ਤੂੰ ਭੱਗ ਜਾ ਤੇਰੇ ਨਾਲ ਭੰਗ ਭੱਗ ਜਾ ਉਹ ਗਲਤ ਦਾਦੇ ਗਲਤ ਦਾਦੇ ਬਾਬੇ ਗੱਲ ਦੱਸੀਗਾ ਯਾਰ ਉਹ ਮੈਂ ਗਿਆ ਹੀ ਨਹੀਂ ਬਾਈ ਗਿਆ ਨਹੀਂ ਸਾਲਿਆ ਮੈਨੂੰ ਝੂਠ ਬੋਲਦਾ ਤੂੰ ਦੱਸ ਕਰ ਕੀ ਕਰਨ ਗਿਆ ਸੀ ਉਹ ਮੈਂ ਤਾਂ ਬਾਈ ਯਾਰ ਤੇਰਾ ਸਨੇਹਾ ਲਾਣ ਗਿਆ ਸੀ ਘਰੇ ਬਈ ਤੇਰੇ ਕੱਪੜ ਫੜਾਇਆ ਆ ਸਾਲਾ ਝੂਠ ਬੋਲਦਾ ਮੈਨੂੰ ਸਭ ਪਤਾ ਤੂੰ ਘਰੇ ਕੀ ਕਰਕੇ ਆ ਸਾਲਾ ਫੁੱਦੂ ਯਾਰ ਫੁੱਦੂ ਮੈਂ ਨਹੀਂ ਫੁੱਦੂ ਸਾਲਿਆ ਤੂੰ ਆ ਜੇ ਇੰਨੀ ਅਣਖਾਂ ਨਾ ਜਾ ਕੇ ਉਹ ਦਰਜੀ ਨੂੰ ਠੋਕ ਜਾ ਕੇ ਰੋਕ ਲਾ ਜੇ ਤੇਰੀ ਭਾਬੀ ਨੂੰ ਰੋਕਿਆ ਜਾਂਦਾ ਸਾਰੇ ਪਿੰਡ 'ਚ ਤੂੰ ਤੂੰ ਕਰਾ ਰੱਖੀ ਆ ਗੱਲਾਂ ਕਰਦਾ ਆਹ ਦਰਜੀ ਨਾਲ ਵੀ ਕਰਨੀ ਪਊ ਗੱਲ ਮੈਂ ਸੋਚਿਆ ਸੀ ਐਵੇਂ ਰੁਕ ਜਾਓ ਸੂਟ ਸਿਉਂਦੂ ਫਿੱਟ ਨਹੀਂ ਮੈਂ ਦਰਜੀ ਬੜੇ ਟੌਪ ਦਾ ਤੇਰਾ ਸੂਟ ਸਿਉਂਦੂ ਫਿੱਟ ਮੈਂ ਸੂਟ ਸਿਉਂਦੂ ਫਿੱਟ ਦਰਜੀ ਬੜੇ ਟੌਪ ਦਾ ਮੈਂ ਦਰਜੀ ਬੜੇ ਟੌਪ ਦਾ ਮੈਂ ਦਰਜੀ ਬੜੇ ਟੌਪ ਦਾ ਤੂੰ ਤੇ ਭਾਬੀ ਨੇ ਕੀ ਪਿੰਡ ਚ ਜਲੂਸ ਕੱਢ ਰੱਖਿਆ ਸਾਡਾ ਯਾਰ ਭਾਬੀ ਤੇਰੀ ਭਾਬੀ ਲਾਲ ਸੂਟ ਸਿਰ ਮੈਨੇ ਓ ਜੇ ਤੁਹਾਡਾ ਇੰਨਾ ਹੀ ਪਿਆਰ ਹੈ
ਭੱਜ ਕੇ ਇੱਕ ਵਾਰੀ ਵਿਆਹ ਕਰਵਾ ਲਓ। ਰੋਜ਼ ਰੋਜ਼ ਨਾਲੋਂ ਬਦਨਾਮ ਹੋਣਾ ਚੰਗਾ ਤਾਂ ਇੱਕ ਦਿਨ ਹੀ ਬਦਨਾਮ ਹੋ ਜਾਵਾਂਗੇ। ਲੈ ਲੈ ਸੁੱਟ ਸਿਰ ਬੱਬੀ ਤਾਂ ਮੈਨੂੰ ਤੇਰੀ ਦਾ ਪਿਆਰ ਕਰ ਲੱਗਿਆ। ਸਰ ਕੀ ਹੈ ਓਏ ਕੀ ਗੱਲ ਆ ਛੱਡਦੇ ਆ ਛੱਡਦੇ ਸੜ ਹੱਡ ਕੇ ਗੱਲ ਕਰ ਦੇਖ ਭਾਈ ਤੇਰਾ ਨਹੀਂ ਘਰੇ ਵੜਦਾ ਉਹ ਵੀ ਲੱਗਦਾ ਨਾ ਮਰਦਾ ਦੇਖ ਕੇ ਬੋਲ ਸਾਇਆ ਓਏ ਤੂੰ ਵੀ ਬੰਬ ਫੀਸੀ ਆ ਤੇਰੀ ਕੋਈ ਤਾਂ ਸਭ ਕਹੂ ਸਾਲਿਆ ਕੀ ਬੋਲਦੇ ਤੈਨੂੰ ਖੱਲ ਦੇਖਦੀ ਤੂੰ ਸਾਲਿਆ ਆਹ ਕੰਮ ਕਰ ਇੱਕ ਤਾਂ ਕਿਸੇ ਦੀ ਮਾੜੀ ਜਨਾਨੀ ਨਾ ਹੋਵੇ ਠਰਕੀ ਬੰਦੇ ਨਾਲ ਪਈ ਸਾਂਝ ਮਾੜੀ ਗਲਤ ਕੰਮਾਂ ਦਾ ਗਲਤ ਹੀ ਨਤੀਜਾ ਹੁੰਦਾ ਭਾਬੀ ਵਾਲੇ ਵੀ ਚੈਪਟਰ ਲੱਗਦਾ ਕਲੋਜ਼ ਕਰਨਾ ਹੀ ਪਊ ਬਰਾਬਰ ਦੀ ਹੱਕਦਾਰ ਆ ਉਹ ਵੀ।